ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ? ਸਾਰੇ ਵਧੀਆ ਠੀਕ ਠਾਕ ਹੋ? ਤੇ ਆਪਾਂ ਵੀ ਵਧੀਆ ਠੀਕ ਠਾਕ। ਅੱਜ ਤੁਸੀਂ ਸੋਚਦੇ ਹੋਣੇ ਕਿ ਆਪਾਂ ਇੰਨੇ ਤਿਆਰ ਸ਼ਹਿਰ ਹੋ ਕੇ ਕਿੱਥੇ ਚੱਲੇ ਆ? ਤੇ ਵਾਲੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ। ਤੇ ਗੁਰਸ਼ਾਨ ਆ ਜਾਓ, ਸਾਰਿਆਂ ਨੂੰ ਹੈਲੋ ਕਰ ਦਿਓ। ਤੇ ਆਪਾਂ ਸੋਚਿਆ ਵੀ ਕਾਫੀ ਦਿਨਾਂ ਤੋਂ ਜਿਹੜਾ ਵਾ ਸਾਡਾ ਜਿਹੜਾ ਏਰੀਆ ਆ ਉਹ ਸਾਰਾ ਲੋਕਡਾਊਨ ਹੀ, ਕਿਤੇ ਜਾ ਨਹੀਂ ਸਕਦੇ। ਤੇ ਹੁਣ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ। ਗੁਰਸ਼ਾਨ ਵੀ ਤਿਆਰ ਹੋ ਗਿਆ ਵਾ, ਬਸ ਜੈਕਟ ਪਾਉਣ ਵਾਲੀ ਆ। ਤੇ ਚੱਲਦੇ ਹਾਂ, ਤੇ ਆ ਜਾਓ, ਤੁਹਾਨੂੰ ਵੀ ਲੈ ਕੇ ਚੱਲਦੇ ਹਾਂ, ਕਿਉਂਕਿ ਇੱਕ ਤਾਂ ਆਪਾਂ ਸ਼ਾਪਿੰਗ ਵੀ ਕਰਨੀ ਹੈ। ਗੁਰਸ਼ਾਨ ਦੇ ਸਕੂਲੇ ਫੰਕਸ਼ਨ ਆ, ਤੇ ਉਹਦੇ ਵਾਸਤੇ ਉਹਨਾਂ ਨੇ ਸਕੂਲ ਵਾਲਿਆਂ ਨੇ ਡਰੈਸ ਮੰਗਾਈ ਆ, ਉਹ ਵੀ ਲੈਣ ਜਾਣਾ ਸੀ। ਤੇ ਮੈਂ ਕਿਹਾ ਚਲੋ ਕਿ ਹੁਣ ਆਪਾਂ ਅੱਜ, ਜੇ ਲੋਕਡਾਊਨ ਖੁੱਲ੍ਹੇ ਨੂੰ 2-3 ਦਿਨ ਹੋ ਗਿਆ, ਤੇ ਮੈਂ ਸੋਚਿਆ ਵੀ ਅੱਜ ਗੁਰਦੁਆਰਾ ਸਾਹਿਬ ਉਹ ਆਉਂਦੇ ਹਾਂ, ਤੇ ਨਾਲੇ ਗੁਰਸ਼ਾਨ ਦੇ ਜਿਹੜੇ ਆਪਾਂ ਕੱਪੜੇ ਲਿਆਉਂਦੇ ਹਾਂ। ਤੇ ਆ ਜਾਓ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਅਸੀਂ ਚੱਲੇ ਹਾਂ ਗੁਰੂ ਘਰ, ਅੱਜ ਤੁਹਾਨੂੰ ਨਾਲ ਲੈ ਕੇ ਚੱਲਦੇ ਹਾਂ। ਤੇ ਮਾਸਕਰੇ ਵੀ ਨਾਲ ਖੜਨੇ ਸਪੈਸ਼ਲ। ਚਲੀਏ ਫਿਰ, ਹੋ ਗਏ ਰੈਡੀ? ਜ਼ਰੂਰੀ ਆਪਾਂ ਫਿਜ਼ੀਕਲ ਚੱਲੀਏ। ਓਕੇ ਓਕੇ, ਚਲੋ ਮੈਂ ਵੀ ਘਰ ਨੂੰ ਲੋਕ ਲਾ ਗਿਆ, ਗੁਰਸ਼ਾਨ ਵੀ ਚੱਲਾ ਹੈ ਨਾਲ, ਤੇ ਮੈਂ ਆਉਂਦੀ ਹਾਂ, ਤੁਸੀਂ ਚਲੋ। 27 ਤਰੀਕ ਤੋਂ ਲੈ ਕੇ ਸਾਧ ਸੰਗਤ ਜੀ, ਅੱਜ 13 ਤਰੀਕ ਹੋ ਗਈ ਹੈ। ਉਹ ਸਾਡੇ ਭਰਾ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ ਉਹ ਸੰਘਰਸ਼ ਦੇ ਵਿੱਚ ਅੱਜ ਹਿੱਸਾ ਲੈ ਰਹੀਆਂ ਨੇ। ਸਾਧ ਸੰਗਤ ਜੀ, ਬੜੀ ਖੁਸ਼ੀ ਵਾਲੀ ਗੱਲ ਆ ਕਿ ਕਈ ਵਾਰ ਨਹੀਂ ਤੇ ਇਹੋ ਜਿਹੇ ਮੋਰਚਿਆਂ ਦੇ ਵਿੱਚ ਸਾਡੇ ਸਿਰਫ ਵੀਰ ਹੀ ਜਾਂਦੇ ਨੇ। ਮਾਲਕ ਨੇ ਕਿਰਪਾ ਕੀਤੀ ਹੈ ਕਿ ਉਦੋਂ ਭਰਾ ਦਾ ਸਾਧ ਸੰਗਤ ਜੀ ਬਖਸ਼ਿਆ ਵਾ ਭੈਣਾਂ ਨੂੰ ਵੀ, ਕਿ ਸਾਡੀਆਂ ਭੈਣਾਂ ਨੇ ਵੱਧ ਚੜ ਕੇ ਉੱਥੇ ਦਿੱਲੀ ਦੇ ਵਿੱਚ ਪਹੁੰਚੀਆਂ ਨੇ, ਇਸ ਮੋਰਚੇ ਦੇ ਵਿੱਚ ਹਿੱਸਾ ਪਾਇਆ ਸਾਧ ਸੰਗਤ ਜੀ। ਸਤਿਗੁਰ ਦੇ ਚਰਨਾਂ ਚ ਅਰਦਾਸ ਕਰੀਏ, ਸਾਜੂ ਸਤਿਗੁਰ ਜੀ ਕਿਰਪਾ ਕਰਿਓ, ਜੋ ਸਾਡੇ ਕਿਸਾਨ ਵੀਰ ਜੋ ਮੋਰਚੇ ਤੇ ਬੈਠੇ ਹਨ, ਕਿਰਪਾ ਕਰੋ, ਤੰਦਰੁਸਤੀਆਂ ਬਖਸ਼ੋ ਸਤਿਗੁਰ ਜੀ। ਜਿਹੜੇ ਹੀ ਕਾਰਜ ਵਾਸਤੇ ਸਾਡੇ ਭਰਾਵਾਂ ਨੇ ਮੋਰਚਾ ਲਾਇਆ ਹੈ, ਉਹਨਾਂ ਦੀ ਅਰਦਾਸ ਬੇਨਤੀ ਸਤਿਗੁਰ ਜੀ ਕਿਰਪਾ ਕਰਿਓ। ਮੈਂ ਸਾਧ ਸੰਗਤ ਦੇ ਚਰਨਾਂ ਚ ਬੇਨਤੀ ਕਰਾਂ, ਸਾਧ ਸੰਗਤ ਜੀ ਜੋ ਪਿਛਲੇ ਦਿਨੀ ਵੀ ਥੋੜੀ ਕੋਈ ਮਾਇਆ ਮੇਰੇ ਖਿਆਲ ਭੇਜੀ ਸੀ, ਕੋਈ 87-88 ਹਜ਼ਾਰ ਰੁਪਇਆ, ਇੰਟਰਨੈਸ਼ਨਲ ਪੰਥਕ ਦਲ ਜੋ ਭਾਈ ਜਸਵੀਰ ਸਿੰਘ ਜੀ ਸਿੱਖ ਸਾਹਿਬ ਜੀ, ਉੱਥੇ ਸਾਧ ਸੰਗਤ ਜੀ 2 ਕੈਂਪ ਮੈਡੀਕਲ ਦੇ ਜੋ ਉਹਨਾਂ ਨੇ ਲਾਏ ਨੇ, 1 ਲੰਗਰਾਂ ਦਾ ਲਾਇਆ ਵਾ। ਅਸੀਂ ਫਿਰ ਰਾਤ ਸਲਾਹ ਕਰ ਰਹੇ ਸੀ ਭਾਈ ਸਾਹਿਬ ਹੋਣਾ ਦੇ ਨਾਲ, ਸਾਧ ਸੰਗਤ ਜੀ ਆਪਾਂ ਟਾਈਮ ਦਾ ਤੇ ਨਹੀਂ ਕੱਢ ਸਕਦੇ ਆਪਣਾ ਟਾਈਮ ਇਹ ਤੋਂ, ਪਰ ਆਪਣਾ ਜਿਹੜੇ ਮਾਇਆ ਦੇ ਨਾਲ ਆਪਾਂ ਹੈਲਪ ਜ਼ਰੂਰ ਉਹਨਾਂ ਦੀ ਕਰ ਸਕਦੇ ਹਾਂ, ਕਿਉਂਕਿ ਉੱਥੇ ਕਾਰਜ ਸਾਰੇ ਹੀ ਆਪ ਜੀ ਨੂੰ ਪਤਾ ਵਾ ਕਿ ਮਾਇਆ ਦੇ ਨਾਲ ਹੀ ਆ। ਮੈਂ ਸਾਧ ਸੰਗਤ ਦੇ ਚਰਨਾਂ ਚ ਬੇਨਤੀ ਕਰਾਂ, ਜੋ ਵੀ ਕੈਂਪੋ ਨੇ 1 ਐਰੋ 2 ਐਰੋ 5 ਐਰੋ, ਸੰਗਤ ਬਹੁਤ ਸਲਾਈ ਦੀ ਆ, ਪਰ ਫਿਰ ਵੀ ਸਾਧ ਸੰਗਤ ਜੀ ਆਪਾਂ ਬਾਬਾ ਬੋਤਾ ਸਿੰਘ ਸਲਾਈ ਭਾਵੇਂ ਸੰਗਤ ਸੀ, ਹਾਂਜੀ ਉਹਨਾਂ ਮੋਰਚਾ ਲਾਤਾ ਸੀ, ਆਪਾਂ 10 ਐਰੋ 5 ਐਰੋ 1 ਐਰੋ ਜੋ ਵੀ ਸੰਗਤ ਨੂੰ ਚੰਗਾ ਲੱਗਦਾ ਵਾ ਟੋਕਰੀ ਦੇ ਵਿੱਚ ਆਪਾਂ ਸਾਧ ਸੰਗਤ ਜੀ ਰੱਖ ਦਿੰਦੇ ਹਾਂ, ਬਾਕੀ ਕਮੇਟੀ ਨਾਲ ਸਲਾਹ ਕਰਕੇ ਜੋ ਵੀ ਉਹਨਾਂ ਨੂੰ ਘੱਟ ਤੋਂ ਘੱਟ ਕੋਈ 1-2 ਲੱਖ ਰੁਪਇਆ ਪਾਇਆ ਜਾਵੇ ਸਾਧ ਸੰਗਤ ਜੀ, ਕਿਉਂਕਿ 1 ਲੱਖ ਰੁਪਇਆ ਜਾਂ 2 ਲੱਖ ਹੈ ਤੇ ਕੁਛ ਨੀ, ਪਰ ਚਲੋ ਸਾਡਾ ਘਪਰਾਲਾ ਵਾ। ਕਮੇਟੀ ਦਾ ਆ ਪਿੱਛੇ ਜੇ ਤੁਸੀਂ ਦੇਖਿਆ ਵਾ ਵੀ ਕੈਨੇਡਾ ਤੋਂ ਸ਼ਿਆਮ ਗੁਰਦੁਆਰਾ ਨੇ 60 ਲੱਖ ਰੁਪਇਆ ਦਿੱਤਾ ਵਾ ਉਹਨਾਂ ਨੇ, ਆਪਾਂ ਵੀ ਜਗ੍ਹਾ ਜਗ੍ਹਾ ਉਪਰਾਲਾ ਕਰੀਏ ਸਾਧ ਸੰਗਤ ਜੀ, ਆਪਣੇ ਵੀਰਾਂ ਤੇ ਆਪਣੀਆਂ ਭੈਣਾਂ ਤੇ ਆਪਣੇ ਭਰਾਵਾਂ ਤੇ ਸਾਧ ਸੰਗਤ ਜੀ ਆਪਾਂ ਧੰਨਵਾਦ ਕਰਦੇ ਹਾਂ ਸਿੱਖ ਸਾਹਿਬ ਜੀ ਦਾ, ਭਾਈ ਜਸਵੀਰ ਸਿੰਘ ਜੀ ਰੋਡੇ ਹੋਣਾ ਦਾ, ਕਿ ਜਿਨ੍ਹਾਂ ਨੇ ਜਾ ਕੇ 2 ਕੈਂਪ ਲਾਏ ਨੇ, ਅਸੀਂ ਉਹਨਾਂ ਦਾ ਸਹਿਯੋਗ ਕਰੀਏ ਸਾਧ ਸੰਗਤ ਜੀ ਥੋੜ੍ਹੀ ਜੀ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂ ਕਿ ਉਹਨਾਂ ਹੱਥੇ ਗੁਰਮੰਤਰ ਦਾ ਜਾਪ 2 ਮਿੰਟ ਆ, ਤੇ ਜਿਹਨਾਂ ਨੇ ਜਾਪ ਹੋ ਉਹਨਾਂ ਨੇ ਸਾਧ ਸੰਗਤ ਜੀ ਟੋਕਰੀ ਦੇ ਵਿੱਚ ਮਾਇਆ ਤੁਸੀਂ ਜੋ ਵੀ 1 ਐਰੋ 2 ਐਰੋ ਆ ਉਹਨਾਂ ਨੇ ਅਰਦਾਸ ਕਰੀ ਸਾਧ ਸੰਗਤ ਜੀ ਸਾਡੇ ਭਰਾਵਾਂ ਨੂੰ ਉਹ ਸਭ ਤਾਂ ਬਖਸ਼ੋ। ਸਤਨਾਮ ਵਾਹਿਗੁਰੂ। ਪਰ ਤੂੰ ਕਦੇ ਇਹਦੇ ਵੱਲ ਨਿਗਾਹ ਨਹੀਂ ਮਾਰੀ, ਦੇਖਿਆ ਨਹੀਂ ਹੈ ਕਿ ਤੇਰੀ ਜਿਹੜੀ ਇਹ ਉਮਰ ਹੈ ਇਹ ਘਟਦੀ ਜਾ ਰਹੀ ਹੈ। ਮਿਥਿਆ ਮੋਹ ਜਿਹੜੇ ਨਾਸਵੰਤ ਪਦਾਰਥ ਹਨ,
ਉਹਨਾਂ ਦੇ ਮੋਹ ਦੇ ਵਿੱਚ ਤੂੰ ਵੱਧਾ ਹੋਇਆ ਹਾਂ, ਉਹਨਾਂ ਦੇ ਨਾਲ ਤੂੰ ਜੁੜਿਆ ਹੋਇਆ ਹਾਂ, ਜਿਨ੍ਹਾਂ ਦੇ ਜੁੜੇ ਹੋਣ ਦੇ ਕਾਰਨ ਤੈਨੂੰ ਆਪਣੀ ਜਿਹੜੀ ਉਮਰ ਘਟਦੀ ਹੈ ਇਹਦਾ ਖਿਆਲ ਨਹੀਂ, ਇਹਦੇ ਬਾਅਦ ਤੇਰਾ ਜਿਹੜਾ ਹੈ ਇਹ ਧਿਆਨ ਨਹੀਂ ਕਿ ਮੇਰੀ ਉਮਰ ਜਿਹੜੀ ਹੈ ਇਹ ਘਟਦੀ ਜਾ ਰਹੀ ਹੈ, ਤੇ ਮੈਂ ਉਸ ਪਰਮਾਤਮਾ ਦੇ ਨਾਲ ਜੁੜ ਕਰਕੇ ਕੁਛ ਆਪਣੇ ਸਵਾਸਾਂ ਦਾ ਜਿਹੜਾ ਹੈ ਭਲਾ ਕਰ ਲਵਾਂ। ਉਹ ਸਵਾਸ ਜਿਹੜੇ ਮਹਾਰਾਜ ਨੇ ਬਖਸ਼ੇ ਹੈ ਪਰਮਾਤਮਾ ਨੇ ਉਹਨਾਂ ਨੂੰ ਸਵਾਰ ਲਵਾਂ, ਉਹਦੀ ਬੰਦਗੀ ਕਰਕੇ ਉਹਦੀ ਸਤਿਗੁਰੂ ਜੀ ਦੀ ਵਡਿਆਈ ਕਰਕੇ। ਸੋ ਜਿਹੜਾ ਵੀ ਗੁਰੂ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਆਉਂਦਾ ਹੈ, ਗੁਰੂ ਸਾਹਿਬ ਜੀ ਮਹਾਰਾਜ ਉਹਦੀ ਲਾਜ ਰੱਖਦੇ ਹਨ। ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਸਾਖੀ ਆਉਂਦੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸਭਾਏ ਮਾਨ ਸਨ ਤੇ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਨਤਮਸਤਕ ਹੁੰਦੀਆਂ ਸਨ, ਸੋ ਸਾਰੇ ਸੰਸਾਰ ਦਾ ਭਲਾ ਕਰਦੇ ਸਨ ਗੁਰਦੇਵ ਪਾਤਸ਼ਾਹ ਸਤਿਗੁਰ ਸੱਚੇ ਪਾਤਸ਼ਾਹ। ਤੇ ਉਸ ਵਕਤ ਜ਼ੁਲਮ ਦੇ ਖਿਲਾਫ ਜਿਹੜੀ ਤੇਗ ਵੀ ਚੁੱਕੀ ਸੀ ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਮਹਾਰਾਜ ਨੇ ਜਿਹੜੀਆਂ ਜੰਗਾਂ ਵੀ ਲੜੀਆਂ ਸਨ ਉਹ ਸਮਾਂ ਚੱਲ ਰਿਹਾ ਸੀ। ਸੋ ਉਸ ਵਕਤ ਪਹਾੜੀ ਰਾਜਾ ਭੀਮ ਚੰਦ ਜਿਹੜਾ ਕਿ ਗੁਰੂ ਸਾਹਿਬ ਜੀ ਦੇ ਖਿਲਾਫ ਬਗਾਵਤ ਕਰ ਰਿਹਾ ਸੀ, ਜੰਗ ਲੜ ਰਿਹਾ ਸੀ, ਉਹਦੀ ਸੈਨਾ ਦੇ ਵਿੱਚ ਇੱਕ ਸੈਨਿਕ ਸੀ ਜਿਸਦਾ ਨਾਮ ਸੀ ਕਾਲੀਦਾਸ। ਉਹ ਕਾਲੀਦਾਸ ਜਿਹੜਾ ਸੈਨਿਕ ਸੀ ਉਹ ਗੁਰੂ ਸਾਹਿਬ ਜੀ ਮਹਾਰਾਜ ਦੇ ਚਰਨਾਂ ਦਾ ਭਵਰਾ ਸੀ, ਗੁਰੂ ਸਾਹਿਬ ਜੀ ਮਹਾਰਾਜ ਦੀ ਮਹਿਮਾ ਨੂੰ ਜਾਣਦਾ ਸੀ, ਇਸ ਕਰਕੇ ਉਹ ਗੁਰੂ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਸੀ, ਗੁਰੂ ਸਾਹਿਬ ਦੇ ਮਹਾਰਾਜ ਦੇ ਦਰਸ਼ਨ ਕਰਨ ਵਿੱਚ ਆਉਂਦਾ ਸੀ, ਖੁਸ਼ੀਆਂ ਪ੍ਰਾਪਤ ਕਰਦਾ ਸੀ। ਜਦੋਂ ਇਸ ਗੱਲ ਦਾ ਪਤਾ ਰਾਜੇ ਭੀਮ ਚੰਦ ਨੂੰ ਲੱਗਾ ਕਿ ਇਹ ਜਿਹੜਾ ਕਾਲੀਦਾਸ ਮੇਰਾ ਸੈਨਿਕ ਹੈ ਇਹ ਮੇਰੇ ਤੋਂ ਚੋਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਰਸ਼ਨਾਂ ਵਾਸਤੇ ਜਾਂਦਾ ਹੈ, ਮਿਲਣ ਵਾਸਤੇ ਜਾਂਦਾ ਹੈ। ਉਸ ਵਕਤ ਇਸ ਭੀਮ ਚੰਦ ਨੇ ਉਸ ਕਾਲੀਦਾਸ ਨੂੰ ਬੰਧਕ ਬਣਾ ਲਿਆ, ਪਕੜ ਲਿਆ ਜਦੋਂ ਸਜ਼ਾ ਦੇਣ ਲੱਗਾ। ਸੋ ਉਸ ਵਕਤ ਉਹਨੇ ਕਾਲੀਦਾਸ ਦੇ ਨਿੰਦਰਾਂ ਵਿੱਚ ਸੂਆ ਗਰਮ ਕਰਕੇ ਜਿਹੜਾ ਸੀ ਉਹ ਫੇਰਿਆ, ਪਰ ਕਾਲੀਦਾਸ ਨੂੰ ਗੁਰੂ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਤੇ ਬਹੁਤ ਭਰੋਸਾ ਸੀ, ਉਹਦੇ ਨੇਤਰਾਂ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਦੇ ਚਰਨ ਵਸੇ ਹੋਏ ਸਨ। ਜਦੋਂ ਭੀਮ ਚੰਦ ਰਾਜੇ ਨੇ ਇਹ ਸਜ਼ਾ ਦਿੱਤੀ ਹੈ ਕਾਲੀਦਾਸ ਨੂੰ, ਉਸ ਵਕਤ ਕਾਲੀਦਾਸ ਨੇ ਗੁਰੂ ਸਾਹਿਬ ਜੀ ਮਹਾਰਾਜ ਦੇ ਚਰਨਾਂ ਦਾ ਉਹ ਆਸਰਾ ਲਿਆ, ਚਰਨਾਂ ਦੀ ਸ਼ਰਨ ਲਈ ਤੇ ਉਹ ਜਿਹੜਾ ਸੂਆ ਫੇਰਿਆ ਗਰਮ ਨੇਤਰਾਂ ਦੇ ਵਿੱਚ, ਸੋ ਉਹਦਾ ਨੁਕਸਾਨ ਕਾਲੀਦਾਸ ਨੂੰ ਨਹੀਂ ਹੋਇਆ। ਜਦੋਂ ਉਹ ਨੇਤਰਾਂ ਤੋਂ ਇਸ ਤਰ੍ਹਾਂ ਕਰਕੇ ਸੂਆ ਫੇਰ ਕੇ ਗਰਮ ਅਤੇ ਉਸਨੂੰ ਪਹਾੜੀ ਦੇ ਉੱਤੋਂ ਹੇਟ ਦਿੱਤਾ ਕਿ ਮਰ ਜਾਏਗਾ, ਪਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਵਕਤ ਉਸ ਦੀ ਰੱਖਿਆ ਕੀਤੀ ਤੇ ਜਿਹੜਾ ਉਹਦੇ ਨੇਤਰਾਂ ਦੇ ਵਿੱਚ ਗਰਮ ਸੂਆ ਫੇਰਿਆ ਸੀ ਉਹਦਾ ਜਿਹੜਾ ਦੁੱਖ ਸੀ ਉਹਦੀ ਜਿਹੜੀ ਪੀੜਾ ਸੀ ਗੁਰੂ ਸਾਹਿਬ ਜੀ ਮਹਾਰਾਜ ਦੇ ਚਰਨਾਂ ਨੂੰ ਪਹੁੰਚੀ। ਠੀਕ ਆ, ਤੇ ਆਪਾਂ ਹੁਣ ਗੁਰਦੁਆਰਾ ਸਾਹਿਬ ਤੋਂ ਚੱਲੇ ਆਪਾਂ। ਠੀਕ ਆ, ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਗਏ ਵਾਪਸ ਤੇ ਚੱਲੇ ਆ ਆਪਾਂ ਕਿੱਥੇ ਜਾਣਾ ਆ? ਵਾਹਿਗੁਰੂ ਹਾਂ, ਤੇ ਗੁਰਸ਼ਾਨ ਨੂੰ ਮਾਰਕੀਟ ਤੋਂ ਕੱਪੜੇ ਲੈ ਕੇ ਦੇਣੇ ਸੀ ਤੇ ਹੁਣ ਆਪਾਂ ਉੱਥੇ ਚੱਲੇ ਹਾਂ, ਪਰ ਠੰਡ ਬਹੁਤ ਜ਼ਿਆਦਾ ਹੋਈ ਪਈ ਆ। ਓਹੋ ਹੋ ਹੋ, ਕਿੱਦਾਂ ਦੇ ਲੱਗਣ ਡੇ? ਮਹਿਸੂਸ ਹੋ ਰਹੀ ਹੈ ਠੰਡ ਤਰਨ? ਅੱਜ ਵਾਕਿਆ ਠੰਡ ਆ, ਅੱਜ ਤਾਂ ਹਵਾ ਵੀ ਚੱਲਦੀ ਪਈ ਆ ਹੁਣ ਤਾਂ। ਚਲੋ ਗੁਰਦੁਆਰਾ ਸਾਹਿਬ
ਅਸਤੂਫੇ ਵੀ ਚੱਲਦੇ ਪਏ ਸੀ ਪਰ ਇੰਨੀ ਕੁ ਜ਼ਿਆਦਾ ਠੰਡ ਸੀ ਨਾ ਕੁਛ ਨਹੀਂ ਸਮਝ ਆਉਣ ਡਈ ਸੀ ਬੈਠਿਆ ਵੀ ਚਲੋ ਲੈ ਆਵੋ ਗੱਡੀ ਮੈਂ ਇੱਥੇ ਰੁਕਦੀ ਹਾਂ ਆ ਗਈ ਗੁਰਸ਼ਾਨ ਭੱਜਾ ਜਾਣਿਆ ਠੰਡ ਲੱਗਦੀ ਮੰਮਾ ਨੂੰ ਡੀਕਣ ਡਿਆ ਕਿ ਮੰਮਾ ਨਹੀਂ ਆਏ ਚਲੋ ਗੱਡੀ ਮੋੜ ਲਓ ਇੱਧਰ ਹੁਣ ਤਰਨ ਲੱਗਿਆ ਗੱਡੀ ਮੋੜਨ ਗੁਰਸ਼ਾਨ ਰੋਣ ਡਿਆ ਕਿ ਮੈਨੂੰ ਮੰਮਾ ਬੈਠੇ ਨਹੀਂ ਆ ਲੱਗੇ ਤਰਨ ਗੱਡੀ ਮੋੜਨ ਆਪਾਂ ਬੈਠਾਂਗੇ ਬਾਅਦ ਵਿੱਚ ਹੁਣ ਗੱਡੀ ਮੋੜ ਲੈਣ ਪਹਿਲਾਂ ਅਤੇ ਇੱਧਰ ਗੁਰਦੁਆਰਾ ਸਾਹਿਬ ਆ ਇਹ ਸਾਈਡ 'ਤੇ ਹੌਲੀ ਜਾਂਦਾ ਥੋੜ੍ਹਾ ਧੁੰਦ ਵੀ ਹੈ ਨਾ ਠੰਡੀ ਇੰਨੀ ਕੁ ਜ਼ਿਆਦਾ ਵੀ ਪਿਆ ਅਤੇ ਧੁੰਦ ਨੇ ਵੀ ਕੰਮ ਖਰਾਬ ਜਿਹਾ ਕੀਤਾ ਪਿਆ ਆ ਦੱਸੀ ਵੈਸੇ ਅੱਜ ਧੁੱਪ ਹੀ ਸਵੇਰੇ ਜੋ ਮੈਂ ਵੇਖਿਆ ਸੀ ਆਜਾ ਇੱਥੇ ਆਜਾ ਆਜਾ ਆਜਾ